सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ साहिबजादा जी सिंह जी साहिबजादा जरार सिंह जी साहिबजादा जरावर सिंह जी साहिबजादा फतेह सिंह जी जुल्म ने ताड़े ने हस के ताड़े के सुरी झंडे ते खंडे पाले जिथे पहुंचण ना तेरे लाले उते लंगर ला रहे ने ए दो पर सेंट वाले ओही दो तेरा देश बच्चा ਕੀ ਨਾ ਖਾਲਸਾ ਜੀ ਸਿਮਰਨ ਜੀ ਤੇ ਡੈਡੀ ਜੀ ਦਾ ਗੁਰਸੇਵ ਸਿੰਘ ਕਿਹੜਾ ਪਿੰਡ ਖਾਲਸਾ ਜੀ ਡੱਲ ਅੱਛਾ ਜੀ ਇਹ ਕਿਸ ਤਰ੍ਹਾਂ ਜਿਹੜਾ ਬਾਬਾ ਜੀ ਤੁਹਾਨੂੰ ਸ਼ੌਂਕ ਪਿਆ ਗੁਰੂ ਘਰ ਨਾਲ ਜੋੜਨ ਦਾ ਮੇਰੇ ਮਨ ਚ ਆ ਪਾਇਆ ਅੱਛਾ ਜੀ ਕੀ ਆਇਆ ਮਨ ਦੇ ਵਿੱਚ ਮੈਂ ਮੰਨ ਲੋ ਤੁਸੀਂ ਕਿਤੇ ਮੇਲੇ ਜਾਂ ਕਿਤੇ ਬਾਜ਼ਾਰ ਜਾਂਦੇ ਜੀ ਬਾਜ਼ਾਰ ਦੇ ਵਿੱਚੋਂ ਜਾਂ ਮੇਲੇ ਚੋਂ ਕਿਹੋ ਜਿਹੀਆਂ ਵਸਤੂਆਂ ਤੁਹਾਨੂੰ ਖਰੀਦਣ ਦਾ ਜਿਹੜਾ ਸ਼ੌਂਕ ਆ ਤੀਰ ਤੀਰ ਤੇ ਕਿਰਪਾਨ ਤੇ ਅੱਛਾ ਖਾਲਸਾ ਜੀ ਜਿਵੇਂ ਕਿ ਬਾਜ਼ਾਰ ਦੇ ਵਿੱਚੋਂ ਜਿਹੜੇ ਬਹੁਤੇ ਬੱਚੇ ਆ ਉਹ ਬਾਜ਼ੀਆਂ ਨੂੰ ਜ਼ਿਆਦਾ ਪਸੰਦ ਕਰਦੇ ਆ ਤੇ ਤੁਸੀਂ ਵੀ ਕਦੀ ਬਾਜ਼ੀਆਂ ਖਰੀਦੀਆਂ ਕਿ ਨਹੀਂ ਨਹੀਂ ਅੱਛਾ ਤੁਹਾਡਾ ਮਨ ਨਹੀਂ ਕਰਦਾ ਵੀ ਇਹਨਾਂ ਜਿਹੜੀਆਂ ਬਾਜ਼ੀਆਂ ਖਰੀਦੀਆਂ ਜਾਣ ਨਾ ਸ੍ਰੀ ਅਕਾਲ ਤਖਤ ਸਾਹਿਬ ਜੀ ਸ੍ਰੀ ਕੇਸਗੜ੍ਹ ਸਾਹਿਬ ਜੀ ਸ੍ਰੀ ਦਮਦਮਾ ਸਾਹਿਬ ਜੀ ਸ੍ਰੀ ਪਟਨਾ ਸਾਹਿਬ ਜੀ ਸ੍ਰੀ ਹਜ਼ੂਰ ਸਾਹਿਬ ਗੁਰਬਾਣੀ ਵਿਚਾਰ ਕਰ ਲੈਂਦੇ ਜੀ ਕੀ ਨਾਮ ਦਿੱਤੇ ਗੁਰਸੇਵ ਸਿੰਘ ਕਿਹੜਾ ਪਿੰਡ ਦਰਸ਼ਨ ਸਿੰਘ ਪਿੰਡ ਦਾ ਇਸ ਬੱਚੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਬੱਚੇ ਦਾ ਨਾਮ ਸਿਮਰਜੀਤ ਸਿੰਘ ਹੈ ਜੀ ਇਹਦੀ ਉਮਰ ਇਸ ਟਾਈਮ 6.5 ਸਾਲ ਹੈ ਇਹ ਜੋ ਤੁਸੀਂ ਇਹ ਤੁਹਾਡਾ ਬੇਟਾ ਹਾਂਜੀ ਇਹ ਮੇਰਾ ਬੇਟਾ ਹੈ ਇਹ ਜੋ ਤੁਸੀਂ ਇਹ ਦੇਖ ਰਹੇ ਜੀ ਮਹਾਰਾਜ ਦੇ ਬਾਣਾ ਇਹਨੇ ਪਾਇਆ ਹੋਇਆ ਇਹਨੂੰ ਕੁਦਰਤੀ ਇਹਦਾ ਰੁਝਾਨ ਆ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਅਤੇ ਅਸੀਂ ਦਰਬਾਰ ਸਾਹਿਬ ਗਏ ਅਤੇ ਇਹਨੇ ਡਿਮਾਂਡ ਕੀਤੀ ਤਲਵਾਰ ਦੀ ਕਿ ਬਾਬਾ ਜੀ ਮੇਰੀ ਤਲਵਾਰ ਲੈ ਗਏ ਉਹ ਤੋਂ ਬਾਅਦ 2 ਕੁ ਮਹੀਨੇ ਬਾਅਦ ਇਹਨੇ ਤੀਰ ਦੀ ਡਿਮਾਂਡ ਕੀਤੀ ਹੈ ਅਤੇ ਇਹ ਤੋਂ ਬਾਅਦ 'ਚ ਸੰਤ ਜਰਨੈਲ ਸਿੰਘ ਦੇ ਜਿਹੜਾ ਸੋਸ਼ਲ ਮੀਡੀਆ 'ਤੇ ਵੀਡੀਓ ਵਗੈਰਾ ਵੇਖਦਾ ਹੈ ਅਤੇ ਉਹ ਚੀਜ਼ ਦਾ ਇਹਨੂੰ ਅਸਰ ਆ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਦੀ ਤਸਵੀਰ ਲੈ ਕੇ ਆਉਂਦਾ ਜਿੱਥੇ ਕਿਤੇ ਜਾਂਦਾ ਮੇਲੇ ਵਗੈਰਾ ਜਾਂਦਾ ਉਹ ਬਾਜੀ ਨਹੀਂ ਲੈ ਕੇ ਆਉਂਦਾ ਜਾਂ ਤਲਵਾਰ ਜਾਂ ਤੀਰ ਜਾਂ ਮੋਬਲ ਕੋਈ ਧਾਰਮਿਕ ਚੀਜ਼ ਇਹਨੇ ਜਾਂ ਸੰਤਾਂ ਦੀ ਫੋਟੋ ਲੈ ਕੇ ਆਉਂਦੀ ਜੀ ਅੱਛਾ ਵੱਡੀ ਗੱਲ ਇਹ ਆ ਜੀ ਅੱਜ ਤੋਂ 2 ਸਾਲ ਪਹਿਲਾਂ ਸਾਡੇ ਡੈਡੀ ਜੀ ਨੇ ਜਦੋਂ ਡੈਥ ਹੋਈ ਆ ਉਹ ਟਾਈਮ 'ਤੇ ਥੋੜ੍ਹਾ ਮੈਨੂੰ ਦਿਮਾਗੀ ਪ੍ਰੈਸ਼ਰ ਜਿਹਾ ਹੋ ਗਿਆ ਸੀ ਇਹ ਬੱਚੇ ਨੇ ਸਾਨੂੰ ਕਹਿ ਕੇ ਆ ਮੱਥੇ ਚੁਕਾਇਆ ਤੁਹਾਡਾ ਵਿਚਾਰ ਨਹੀਂ ਪਿਆ ਮੇਰਾ ਕੋਈ ਵਿਚਾਰ ਨਹੀਂ ਚਲੋ ਮੈਂ ਕੇਸ ਸ਼ੁਰੂ ਤੋਂ ਹੀ ਰੱਖੇ ਆ ਪਰ ਇਹ ਆ ਵੀ ਮੈਂ ਅੰਮ੍ਰਿਤ ਕਈਆਂ ਦੇ ਮੈਨੂੰ ਕਹਿਣ 'ਤੇ ਵੀ ਨਹੀਂ ਸਕਿਆ ਇਹ ਬੱਚੇ ਨੇ ਸਾਨੂੰ ਕਹਿ ਕੇ ਅੰਮ੍ਰਿਤ ਛਕਾਇਆ 2018 ਦੇ ਵਿੱਚ ਉਸ ਤੋਂ ਬਾਅਦ ਇਹ ਬੱਚੇ ਦਾ ਇੰਨਾ ਰੁਝਾਨ ਵੱਧ ਗਿਆ ਮਤਲਬ ਇਹਨੇ ਵੇਖ ਲਓ ਬਾਣਾ ਵੀ ਆਪਣੇ ਆਪ ਹੀ ਡਿਮਾਂਡ ਕਰਦਾ ਹੈ ਧਾਰਮਿਕ ਚੀਜ਼ਾਂ ਦੀ ਗੁਰਦੁਆਰਾ ਸਾਹਿਬ ਜਾਂਦਾ ਪਾਠ ਵੀ ਚਲੋ ਜਿੰਨਾ ਕਿ ਨਹਾਉਂਦਾ 5 ਪੌੜੀਆਂ ਦਾ ਕਰਦਾ ਡੇਲੀ ਅਤੇ ਬਾਕੀ ਵੀ ਵਿਚਾਰ ਜਿਹੜੇ ਆ ਜੋ ਵੀ ਸੋਸ਼ਲ ਮੀਡੀਆ ਜੀ ਦੇਖਦਾ 4 ਸਾਹਿਬਜ਼ਾਦਿਆਂ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਦਾਂ ਮਤਲਬ ਅਤੇ ਬਾਕੀ ਤੁਹਾਡੇ ਸਾਹਮਣੇ ਜਾਂ ਜੋ ਕੁਝ ਵੀ ਹੈ ਇਹ ਇਹਨੂੰ ਕੁਝ ਅਸੀਂ ਸਾਡੇ ਤੋਂ ਕੁਝ ਸਿਖਾਇਆ ਨਹੀਂ ਗਿਆ ਨਾ ਸਾਨੂੰ ਕੋਈ ਇਤਿਹਾਸ ਦੀ ਬਹੁਤੀ ਜਾਣਕਾਰੀ ਆ ਅਤੇ ਮਤਲਬ ਕੁਦਰਤ ਵੱਲੋਂ ਹੀ ਆ ਜੋ ਕੁਝ ਸਕੂਲ ਜਿਹੜਾ ਇਹਨਾਂ ਦਾ ਸਕੂਲ ਦੇ ਵਿੱਚ ਕੀ ਸਿੱਖਿਆ ਦਿੰਦੇ ਹਾਂ ਸਕੂਲ ਹੈ ਜੀ ਕਲਗੀਧਰ ਪਬਲਿਕ ਸਕੂਲ ਭਿੱਖੀ ਪਿੰਡ ਵਿਖੇ ਪੜ੍ਹਦਾ ਹੈ 6th ਕਲਾਸ 'ਚ ਪੜ੍ਹਦਾ ਹੈ ਚਲੋ ਉਹਨਾਂ ਨੇ ਵੀ ਇਹਨੂੰ ਸਿਖਾਇਆ ਹੋਏਗਾ ਬਹੁਤ ਕੁਝ ਉਹਨਾਂ ਦੀ ਵੀ
ਮਤਲਬ ਜੋ ਵੀ ਦਿਨ ਸਕੂਲ ਵਾਲਿਆਂ ਦੀ ਅਸੀਂ ਬੱਚੇ ਨੂੰ ਕੁਛ ਸਿਖਾ ਨਹੀਂ ਸਕੇ ਜਿਹੜੀ ਸਾਡੇ ਕੋਲ ਕਮੀ ਸਕੂਲ ਵੀ ਤੁਹਾਡਾ ਕਹਿਣ ਦਾ ਭਾਵ ਹੈ ਸਕੂਲ ਵੀ ਧਾਰਮਿਕ ਹੈ ਹਾਂਜੀ ਧਾਰਮਿਕ ਸਕੂਲੇ ਪੜ੍ਹਦਾ ਉਹਨਾਂ ਵੀ ਨੂੰ ਬਹੁਤ ਸਿੱਖਿਆ ਦਿੱਤੀ ਆ ਜਾਂ ਇਹ ਬੱਚੇ ਨੇ ਖੁਦ ਆਪਣੇ ਆਪ ਜੋ ਸਿੱਖਿਆ ਸਾਡੇ ਕੋਲ ਇੰਨੀ ਕਮੀ ਰਹੀ ਕਿ ਅਸੀਂ ਇਹਨੂੰ ਸਿੱਖਿਆ ਨਹੀਂ ਦੇ ਸਕੇ ਬੱਚੇ ਨੂੰ ਜੇਕਰ ਅਸੀਂ ਇਤਿਹਾਸ ਬਾਰੇ ਜਾਣਕਾਰੀ ਇਹਨੂੰ ਪੂਰੀ ਦਿੱਤੀ ਹੁੰਦੀ ਤਾਂ ਅੱਜ ਸ਼ਾਇਦ ਬੱਚਾ ਇਦੋਂ ਵੀ ਅੱਗੇ ਦਾ ਉਮਰ ਕਿੰਨੀ ਹੈ ਉਮਰ 6.5 ਸਾਲ ਹੈ ਜੀ ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।